लुधियाना के आत्मनगर तो कांग्रेसी उम्मीदवार कमलजीत सिंह कलवल की पत्नी कोमलप्रीत उपर अनपछाते हथियारबंद हमलावर वालों हमला किया गया है। हमला उस वक्त होया है जदों कोमलप्रीत अपनी इनोवा गड्डी में चोन प्रचार लिए जा रही थी। इस दौरान मोटरसाइकिल सवार नौजवानों ने कार के शीशे उत्ते राड मारी तो फरार हो गए। कोमलप्रीत ने दोष लाया है कि हमलावर के मोटरसाइकिल के उत्ते लोक इंसाफ पार्टी का चोन निशान का लैटर बॉक्स का स्टिकर लगा हुआ है। पुलिस वालों मामले की जांच की जा रही है। हाँ जी भाजी, असी ना डोर टू डोर करके आ रहे थे जी वापस। जो ही असी गड्डी च बैठे ना, असी पिछे बैठे सी, मैं ते मेरे सिस्टर और ब्रदर ड्राइव कर रहे सी जी। ब्रदर ड्राइव कर रहे सी जी, वह पिछों इन्नी जोर की आवाज़ आई जिदा किसी ने रॉड मारी होंगी है। जो ही असी निकल के देखिया, साडा शीशा टुटिया और दो मुंडे बाइक ते सीगे, वो एकदम निकल गए जी। लग रहा कितने कितने जिस तरह एक ਕਿਹੜੀ ਪਾਰਟੀ ਦੀ ਕੰਪੇਨ ਕਰ ਰਹੀ ਸੀ ਤੇ ਕਿਹਦੇ ਵੱਲੋਂ ਕੰਪੇਨ ਕਰ ਰਹੀ ਸੀ ਤੇ ਤੁਸੀਂ ਕਿਹਨਾਂ ਦੇ ਵਾਈਫ ਹੋ? ਹਾਂਜੀ, ਮੈਂ ਕੜਵਲ ਸਾਹਿਬ ਦੀ ਵਾਈਫ ਹਾਂ ਜੀ। ਅਸੀਂ ਕਾਂਗਰਸ ਪਾਰਟੀ ਵੱਲੋਂ ਕੜਵਲ ਸਾਹਿਬ ਵੱਲੋਂ ਕੰਪੇਨ ਕਰ। ਹਾਂਜੀ ਹਾਂਜੀ ਸਰ। ਤੁਹਾਨੂੰ ਲੱਗ ਰਿਹਾ ਕਿਸੇ ਸ਼ਬਦ ਦੇ ਆਧਾਰ ਤੇ ਕਿਸੇ ਦੇ ਪੋਲਿਟਿਕ ਪਾਰਟੀ ਦੇ ਦੂਜੇ? ਹਾਂਜੀ, ਮੈਂ ਦੇਖਿਆ ਜੀ ਜਿਹੜੇ ਬੱਚੇ ਬਾਈਕ ਤੇ ਆਏ ਸੀ ਨਾ, ਜਿਹੜੇ ਬॉयਜ਼ ਆਏ ਸੀਗੇ, ਉਹਨਾਂ ਦੇ ਲੱਗਿਆ ਹੋਇਆ ਸੀ ਲੈਟਰ ਬਾਕਸ ਦਾ, ਉਹ ਲੱਗਿਆ ਹੋਇਆ ਸੀਗਾ ਸਟicker ਲੱਗਿਆ ਹੋਇਆ ਸੀ। ਜਿਹੜੇ ਉਹ ਹੰਕਾਰੀ ਇਨਸਾਨ ਨੇ ਜਿਨ੍ਹਾਂ ਨੂੰ ਪਤਾ ਵੀ ਹੁਣ ਸਾਡੀ ਜਿਹੜੀ ਹਾਰ ਆ ਉਹ ਕੰਧ ਤੇ ਲਿਖੀ ਹੋਈ ਆ, ਕਿਉਂਕਿ ਅੱਜ ਜਿਹੜੀ ਇਲੈਕਸ਼ਨ ਇਹ ਲੜੀ ਜਾ ਰਹੀ ਆ ਉਹ ਉਹਨਾਂ ਕੰਨੀਆਂ ਲੜੀ ਜਾ ਰਹੀ ਆ, ਤੇ ਮੇਰੀ ਵਾਲੀ ਜਿਹੜੀ ਇਲੈਕਸ਼ਨ ਲੜ ਰਹੇ ਨੇ ਉਹ ਸੰਗਤ ਲੜ ਰਹੀ ਆ। ਤੇ ਬੁਖਲਾਹਟ ਦੇ ਵਿੱਚ ਅੱਜ ਆ ਕੇ ਜਿਹੜਾ ਇਹਨਾਂ ਨੇ ਹਾਦਸਾ ਕੀਤਾ, ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਔਰਤਾਂ ਦੀ ਗੱਡੀ ਦੇ ਉੱਤੇ ਹਮਲਾ ਕਰਕੇ ਇਹ ਸੀਟ ਜਿਹੜੀ ਜਿੱਤਣਾ ਚਾਹੁੰਦੇ ਆ, ਇਹ ਇਹਨਾਂ ਦੇ ਮਨ ਦਾ ਵਹਿਮ ਆ। ਕਿਉਂਕਿ ਜਿਹੜਾ ਸੰਗਤ ਨੇ ਮਨ ਬਣਾ ਲਿਆ ਉਹਨੂੰ ਕੋਈ ਰੋਕ ਨਹੀਂ ਸਕਦਾ, ਅਤੇ ਇੱਦਾਂ ਬਦਮਾਸ਼ੀ ਕਰਕੇ ਜਿਹੜੇ ਸੱਜਣ ਚਾਹੁੰਦੇ ਆ ਵੀ ਅਸੀਂ ਇਲੈਕਸ਼ਨ ਜਿੱਤਣਾਗੇ, ਮੈਨੂੰ ਲੱਗਦਾ ਨਹੀਂ ਵੀ ਕੋਈ ਐਸਾ ਜਿਹੜਾ ਹੁਣ ਲੋਕਾਂ ਨੇ ਕੋਈ ਜਿਹੜਾ ਮਨ ਬਣਾਇਆ ਉਹਨੂੰ ਇਹ ਬਦਲ ਸਕਣਗੇ। ਲੁਧਿਆਣਾ ਤੋਂ ਜਸਵੀਰ ਸਿੰਘ ਜੱਸੀ ਦੀ ਰਿਪੋਰਟ, ਪੰਜਾਬ ਟੂਡੇ।